ਅਸੀਂ ਤਕਰੀਬਨ ਪਿਛਲੇ 2.25 ਸਾਲਾਂ ਤੋਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦੇ ਲਈ ਬੇਨਤੀ ਕਰਦੇ ਰਹੇ ਸੀ ਪਰ ਸਾਨੂੰ ਸਮਾਂ ਨਹੀਂ ਸੀ ਮਿਲਿਆ ਇਸ ਚੀਜ਼ ਦੇ ਲਈ ਮੁਲਾਕਾਤ ਦੇ ਲਈ 8 ਸਾਲ ਬਾਅਦ ਵੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਰਕਾਰ ਰਹੀ ਤੇ ਪਿਛਲੇ ਸਮਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕੇਂਦਰ ਦੇ ਵਿੱਚ ਭਾਈਵਾਲ ਦੀ ਆ 8 ਸਾਲ ਉਸ ਅਪੀਲ ਨੂੰ ਗ੍ਰਾਮ ਤਰਲੇ ਕੋਲੇ ਪੈਂਡਿੰਗ ਪਈਆ ਅਜ ਤੱਕ ਵੀ ਉਹਦੇ ਤੇ ਫੈਸਲਾ ਨਹੀਂ ਆਇਆ ਹੈਗਾ ਤੇ ਜਿਹੜੀਆਂ ਮਤਲਬ ਇਹ ਸਾਡੇ ਮੰਨ ਦੇ ਵਿੱਚ ਇੱਕ ਰੋਸ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜੇਕਰ ਆਪਣੀ ਹੀ ਅਪੀਲ ਤੇ ਫੈਸਲਾ ਨਹੀਂ ਲੈ ਸਕੀ ਤਾਂ ਇਹ ਸਵਾਲ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਚਾਹੀਦਾ। ਇਸ ਸਵਾਲ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਹੀ ਦੇ ਸਕਦੀ ਆ ਕਿ ਉਹ ਕਿਉਂ ਅੱਜ ਤੱਕ 8 ਸਾਲਾਂ ਬਾਅਦ ਵੀ ਆਪਣੀ ਅਪੀਲ ਤੇ ਫੈਸਲਾ ਨਹੀਂ ਲੈ ਸਕੀ ਤੇ ਕਿਉਂ ਤੀਸਰੀ ਵਾਰ ਵੀ ਜੀ ਰੱਜਵਾਣਾ ਜੀ ਨੂੰ ਭੁਖੜਤਾਲ ਕਰਨੀ ਪੈ ਰਹੀ। ਸਿਤਾ ਦੇ ਚ ਹੀ ਕਹਾਂਗੇ ਪਰਿਵਾਰ ਕਿਉਂਕਿ 24 ਸਾਲ ਹੋ ਗਏ ਵਰਜੀ ਨੂੰ ਜੇਲ੍ਹ ਦੇ ਵਿੱਚ ਬੰਦ ਤੇ 13 ਸਾਲ ਫਾਂਸੀ ਚੱਕੀ ਦੇ ਵਿੱਚ ਹੋ ਗਏ ਤੇ ਪਿਛਲੇ ਮਤਲਬ 8 ਸਾਲਾਂ ਤੋਂ ਜਿਹੜੀ ਅਪੀਲ ਆ ਉਹ ਗ੍ਰਹਿ ਮੰਤਰਾਲੇ ਦੇ ਕੋਲੇ ਵਿਚਾਰ ਅਧੀਨ ਆ ਤੇ ਇਹ ਜੋ ਅਸੀਂ ਇਹਦੇ ਚ ਇਹ ਕਹਿਣਾ ਚਾਹੁੰਦੇ ਆ ਕਿ 2012 ਦੇ ਵਿੱਚ ਜਦੋਂ ਵਰਜੀ ਦੀ ਫਾਂਸੀ ਦੀ ਤਰੀਕਤ ਆ ਹੋਈ ਸੀਗੀ ਤਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਖਾਲਸਾ ਪੰਥ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸੀਗੀਆਂ ਫਾਂਸੀ ਦੇ ਵਿਰੋਧ ਦੇ ਵਿੱਚ ਸਮੁੱਚਾ ਖਾਲਸਾ ਪੰਥ ਸੜਕਾਂ ਤੇ ਆਇਆ ਸੀਗਾ ਤਾਂ ਸ਼੍ਰੀ ਗੁਰਤਖਸ ਸਾਹਿਬ ਜੀ ਦੇ ਉਦੇਸ਼ ਦੇ ਅਨੁਸਾਰ ਅ ਦੇਸ਼ ਕੀਤਾ ਸੀਗਾ ਕਿ ਸ਼੍ਰੋਮਣੀ ਕਮੇਟੀ ਵਿਰਜੀ ਦੇ ਲਈ ਅਪੀਲ ਪਾਵੇ ਤਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਕੋਲੇ 2012 ਦੇ ਵਿੱਚ ਅਪੀਲ ਪਾਈ ਸੀਗੀ ਪਰ ਅੱਜ 8 ਸਾਲ ਬੀਤ ਜਾਣ ਦੇ ਬਾਅਦ ਵੀ ਉਹਦੇ ਤੇ ਕੋਈ ਫੈਸਲਾ ਨਹੀਂ ਆਇਆ ਇਸ ਦੇ ਤੇ ਅਸੀਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਪਰਿਵਾਰ ਸਾਡੇ ਮਨ 'ਚ ਬਹੁਤ ਰੋਸ ਹੈ ਇਸ ਚੀਜ਼ ਦਾ ਕਿ 8 ਸਾਲ ਬਾਅਦ ਵੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਰਕਾਰ ਰਹੀ ਤੇ ਪਿਛਲੇ ਸਮਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕੇਂਦਰ ਦੇ ਵਿੱਚ ਭਾਈਵਾਲ ਵੀ ਆ 8 ਸਾਲ ਉਸ ਅਪੀਲ ਨੂੰ ਗ੍ਰਹਿ ਮੰਤਰਾਲੇ ਕੋਲੇ ਪੈਂਡਿੰਗ ਪਈ ਆ ਅਜ ਤੱਕ ਵੀ ਉਹਦੇ ਤੇ ਫੈਸਲਾ ਨਹੀਂ ਆਇਆ ਹੈਗਾ ਤੇ ਜਿਹੜੀਆਂ ਮਤਲਬ ਇਹ ਸਾਡੇ ਮਨ ਦੇ ਵਿੱਚ ਇੱਕ ਰੋਸ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਤੇ ਖੜਾ ਜੀ ਉਹ ਤਾਂ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਸਜ਼ਾ ਮਾਫੀ ਦੇ ਲਈ ਅਸੀਂ ਮਿਲਾਂਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਨੂੰ ਵੀ ਔਰ ਅਸੀਂ ਪਾਰਲੀਮੈਂਟ ਵਿੱਚ ਵੀ ਉਹ ਉਹਨਾਂ ਨੇ ਕਿਹਾ ਸੀ ਮੁੱਦਾ ਚੱਕਾਂਗੇ ਔਰ ਉਹਨਾਂ ਨੇ ਕਿਹਾ ਸੀ ਜਿੰਨੀ سپورਟ ਕੀਤੀ ਜਾ ਸਕਦੀ ਅਕਾਲੀ ਦਲ ਇਹ ਉਹਨਾਂ ਦਾ ਸਟੈਂਡ ਜਿਹੜਾ ਸਪਸ਼ਟ ਸੀਗਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਵਾਂਗੇ ਦੇਖੋ ਮੈਂ ਇਹਦੇ ਚ ਇਹ ਗੱਲ ਕਹਾਂਗੀ ਕਿ ਜਿਹੜਾ ਇਹ ਸਾਡੇ ਮਨ ਦੇ ਵਿੱਚ ਚੀਜ਼ ਆ ਕਿ ਵੀਰ ਜੀ ਨੇ ਪਹਿਲਾਂ 13 ਨਵੰਬਰ 20 ਜਾਰ 16 ਨੂੰ ਭੁਖੜ ਹੜਤਾਲ ਰੱਖੀ ਸੀ ਕਿ ਮੇਰੇ ਕੇਸ ਦਾ ਫੈਸਲਾ ਕਰਵਾਇਆ ਜਾਵੇ ਉਸ ਟਾਈਮ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਰਪਾਲ ਸਿੰਘ ਬਡੂੰਗਰ ਜੀ ਉਹਨਾਂ ਨੇ ਲਿਖਤੀ ਤੌਰ ਤੇ ਵਾਦਾ ਕੀਤਾ ਸੀਗਾ ਕਿ ਅਸੀਂ ਇਸ ਮਸਲੇ ਦਾ ਹੱਲ ਕਰਵਾਵਾਂਗੇ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਫੇਰ ਦੂਸਰੀ ਵਾਰ ਵੀਰ ਜੀ ਨੇ 16 ਜੁਲਾਈ 2018 ਨੂੰ ਭੁਖੜ ਹੜਤਾਲ ਰੱਖੀ ਤੇ ਜਿਹੜੇ ਪ੍ਰਧਾਨ ਜਿਹੜੇ ਗੋਬਿੰਦ ਸਿੰਘ ਲੋਂਗੋਵਾਲ ਸੀ ਉਹਨਾਂ ਨੇ ਮੁਲਾਕਾਤ ਵੀ ਕੀਤੀ ਜਾ ਕੇ ਤੇ ਵੀਰ ਜੀ ਨੂੰ ਲਿਖਤੀ ਇਹ ਮਤਲਬ ਕਿ ਦਿੱਤਾ ਕਿ ਡੇਢ ਮਹੀਨੇ ਦੇ ਵਿੱਚ ਜੇ ਮਤਲਬ ਕਿ ਕੋਈ ਫੈਸਲੇ ਦੀ ਉਹਨਾਂ ਨੇ ਕੀਤੀ ਗੱਲ ਨਹੀਂ ਤਾਂ ਅਸੀਂ ਦੁਬਾਰਾ ਜਾਵਾਂਗੇ ਪਰ ਡੇਢ ਮਹੀਨਾ ਵੀ ਬੀਤ ਗਿਆ ਬਹੁਤ ਹੁਣ ਤੱਕ ਵੀ ਉਹਨਾਂ ਨੇ ਕੋਈ ਸਮਾਂ ਨਹੀਂ ਲਿਆ ਮਿਲਣ ਦਾ ਹੁਣ ਵੀ ਮੈਂ ਅਸੀਂ ਇੱਥੇ ਕਹਿਣਾ ਚਾਹੁੰਦੇ ਆ ਕਿ 3 ਦਸੰਬਰ ਨੂੰ ਮਤਲਬ ਕਿ ਇਹ ਚੀਜ਼ ਹੋਈ ਕਿ ਅਮਿਤ ਸ਼ਾਹ ਜੀ ਨੇ ਸੰਸਦ ਦੇ ਵਿੱਚ ਕਿਹਾ ਪਹਿਲਾਂ ਤਾਂ ਅਸੀਂ ਇਹ ਚਾਹੁੰਦੇ ਹਾਂ ਪਰਿਵਾਰ ਵੀ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਉਸੇ ਟਾਈਮ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਪਰ ਫਿਰ ਉਹਨਾਂ ਨੇ ਸਾਰੇ মিডিਆ ਦੇ ਵਿੱਚ ਕਿਹਾ ਕਿ ਅਸੀਂ ਜਾ ਕੇ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਪਰ 3 ਦਸੰਬਰ ਤੋਂ ਲੈ ਕੇ ਹੁਣ ਤੱਕ ਵੀ ਬਹੁਤ ਲੰਮਾ ਸਮਾਂ ਬੀਤ ਚੁੱਕਿਆਗਾ ਪਰ ਹਜੇ ਤੱਕ ਉਹਨਾਂ ਨੇ ਗੱਲ ਨਹੀਂ ਕੀਤੀ ਇੱਥੇ ਇੱਕ ਹੋਰ ਅਸੀਂ ਗੱਲ ਕਹਿਣਾ ਚਾਹੁੰਦੇ ਆ ਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਤੋਂ ਵੀ ਆਦੇਸ਼ ਜਾਰੀ ਕੀਤਾ ਗਿਆ ਸੀਗਾ ਪਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨੇ ਹੁਣ ਤੱਕ ਸਿਰਫ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਮਿਲਣ ਜਾਵਾਂਗੇ ਪਰ ਹਲੇ ਤੱਕ ਵੀ ਇਹੋ ਜੀ ਉਹਨਾਂ ਨੇ ਕੋਈ ਪਹੁੰਚ ਕੋਈ ਸਹਿਰਦ ਯਤਨ ਨਹੀਂ ਕੀਤਾ ਫੈਸਲੇ ਦੇ ਲਈ ਪਰ ਤੁਹਾਡੀ ਕੋਈ ਗੱਲਬਾਤ ਹੋਈ ਹੈ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਜਾਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਕਿ ਇਸ ਜਿਹੜੇ ਮਾਮਲੇ ਨੂੰ ਲੈ ਕੇ ਕਿ ਉਹ ਕੇਂਦਰ ਸਰਕਾਰ ਤੱਕ ਗੱਲਬਾਤ ਕਰ ਸਕਣ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਤੁਸੀਂ ਦੱਸ ਰਹੇ ਹੋ ਕਿ 3 ਦਸੰਬਰ ਨੂੰ ਇਹ ਫੈਸਲੇ ਦੇ ਉੱਤੇ ਰੋਕ ਲੱਗੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆ ਉਹਨਾਂ ਨੇ ਕਿਹਾ ਸੀ ਜਾਣ ਦੇ ਲਈ ਪਰ ਤੁਸੀਂ ਉਹਨਾਂ ਨੂੰ ਮਿਲਿਆ ਹੋ ਜਾ ਕੇ ਇਸ ਮਾਮਲੇ ਨੇ ਹਾਂਜੀ ਪਹਿਲਾਂ ਤਾਂ ਮੈਂ ਇੱਥੇ ਦੱਸਣਾ ਚਾਹਨੀ ਆ ਕਿ ਅਸੀਂ ਤਕਰੀਬਨ ਪਿਛਲੇ 2.5 ਸਾਲਾਂ ਤੋਂ ਮਤਲਬ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਮਿਲਣ ਦੇ ਲਈ ਬੇਨਤੀ ਕਰਦੇ ਰਹੇ ਸੀ ਪਰ ਸਾਨੂੰ ਸਮਾਂ ਨਹੀਂ ਸੀ ਮਿਲਿਆ ਇਸ ਚੀਜ਼ ਦੇ ਲਈ ਮੁਲਾਕਾਤ ਦੇ ਲਈ ਉਸ ਤੋਂ ਬਾਅਦ ਅਸੀਂ ਫਿਰ ਪਰਿਵਾਰ ਨੇ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜੇਕਰ ਕੇਂਦਰ ਤੋਂ ਫੈਸਲਾ ਨਹੀਂ ਹੋ ਰਿਹਾ ਕੇਂਦਰ ਫੈਸਲਾ ਨਹੀਂ ਦੇ ਰਿਹਾ ਤਾਂ ਅਸੀਂ ਪਰਿਵਾਰ ਮਤਲਬ ਕਿ 24 ਸਾਲ ਹੋ ਗਏ ਡਿਲੇ ਬੇਸ ਤੇ ਸੁਪਰੀਮ ਕੋਰਟ ਦੇ ਵਿੱਚ ਵੀਰਜੀ ਅਪੀਲ ਪਾਉਣਾ ਚਾਹੁੰਦੇ ਨੇ ਤਾਂ ਕਿ ਫੈਸਲਾ ਲਿਆ ਜਾ ਸਕੇ ਪਰ ਇੱਥੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦਿੱਲੀ ਕਮੇਟੀ ਨੇ ਤਾਂ ਸਾਨੂੰ ਵਕੀਲ ਦੇਣ ਤੋਂ ਬਿਲਕੁਲ ਹੀ ਨਾ ਕਰ ਦਿੱਤੀ ਤੇ ਲੰਬਾ ਸਮਾਂ ਮਤਲਬ ਕਿ ਸ਼੍ਰੋਮਣੀ ਕਮੇਟੀ ਸਾਨੂੰ ਵਕੀਲ ਦੇਣ ਤੋਂ ਟਾਲਮਟੋਲ ਕਰਦੀ ਰਹੀ ਤੇ ਇੰਨੇ ਜੀ ਮਤਲਬ ਗੁਰੂ ਮਹਾਰਾਜ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋਈ ਕਿ ਉਹਨਾਂ ਨੇ 550 ਸਾਲਾਂ ਤੇ ਮਤਲਬ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤਾਂ ਸਾਨੂੰ ਬਹੁਤ ਵੱਡੀ ਰਾਹਤ ਸੀ ਕਿ ਮਤਲਬ ਕਿ ਕੇਸ ਦਾ ਫੈਸਲਾ ਚਲੋ ਆ ਜਾਏਗਾ 24 ਸਾਲ ਹੋ ਗਏ ਵੀਰ ਜੀ ਨੂੰ ਵੀਰ ਜੀ ਘਰੇ ਆ ਜਾਣਗੇ ਪਰ ਇੱਥੇ ਵੀ ਇਹ ਹੋਇਆ ਕਿ ਇੱਕ ਮਤਲਬ ਦਾ ਵਿਰੋਧ ਪੂਰੀ ਸਿੱਖ ਕੌਮ ਖਾਲਸਾ ਪੰਦੀਆਂ ਭਾਵਨਾਮਾ ਪੂਰੀ ਸ਼੍ਰੋਮਣੀ ਕਮੇਟੀ ਪੂਰਾ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਤਾਕਤ ਤੇ ਇੱਕ ਬੰਦੇ ਦੇ ਵਿਰੋਧ ਭਾਰੂ ਪੈ ਜਾਣਾ ਇਹ ਸਾਡੇ ਲਈ ਇਹ ਮਤਲਬ ਪੂਰੀ ਖਾਲਸਾ ਮੰਥ ਲਈ ਇੱਕ ਮਤਲਬ ਕਿ ਇਹ ਸਾਰੀਆਂ ਸੰਸਥਾਵਾਂ ਲਈ ਸ਼ਰਮਨਾਕ ਗੱਲ ਹੈ ਪਰ ਕਿੱਦਾਂ ਸਮਝਦੇ ਹਾਂ ਹੁਣ ਤੁਹਾਡੇ ਵੱਲੋਂ ਅੱਗੇ ਕੀ ਸਟੈਪ ਲਿਆ ਜਾਵੇਗਾ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੁਹਾਡੀ ਹਮਾਇਤ ਸੀਗੀ ਹੁਣ ਉਹਨਾਂ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਪਰ ਹੁਣ ਤੁਹਾਡੇ ਵੱਲੋਂ ਕੋਈ ਗੱਲਬਾਤ ਕੀਤੀ ਜਾਵੇਗੀ ਕੋਈ ਇਸ ਦੇ ਇਸ ਮਾਮਲੇ ਲਈ ਕੋਈ ਅਪਰੋਚ ਕੀਤੀ ਜਾਵੇਗੀ ਦੇਖੋ ਅਸੀਂ ਮਤਲਬ 11 ਦਸੰਬਰ ਨੂੰ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਉਹਨਾਂ ਨਾਲ ਮੁਲਾਕਾਤ ਕੀਤੀ ਸੀਗੀ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਜਿਹੜਾ ਮਤਲਬ ਕਿ ਵੀਰਜੀ ਦੇ ਫੈਸਲੇ ਨੂੰ ਫਿਰ ਰੋਕ ਦਿੱਤਾ ਗਿਆ ਵੀ ਇਹਦੇ ਵਿੱਚ ਸਾਨੂੰ ਦੱਸਿਆ ਜਾਵੇ ਜੇ ਕੋਈ ਕੋਈ ਕਾਨੂੰਨੀ ਮੁਸ਼ਕਲ ਆਉਂਦੀ ਹੈ ਜਾਂ ਕੋਈ ਵੀ ਇਹ ਜੀ ਹੈ ਤਾਂ ਅਸੀਂ ਉਹਨੂੰ ਦੂਰ ਕਰਾਂਗੇ ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਿਲਾਂਗੇ ਪਰ ਇਹੀ ਗੱਲ ਹੈ ਕਿ ਹਾਲੇ ਤੱਕ ਵੀ ਗ੍ਰਹਿ ਮੰਤਰਾਲੇ ਨੂੰ ਜਾ ਕੇ ਮਿਲਿਆ ਨਹੀਂ ਗਿਆ ਨਾ ਹੀ ਪਰਿਵਾਰ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਦਿੱਤੀ ਗਈ ਅਸੀਂ ਤਾਂ ਹੁਣ ਵੀ ਮਤਲਬ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਕੇਂਦਰ ਸਰਕਾਰ ਨਹੀਂ ਫੈਸਲਾ ਕਰਦੀ ਤਾਂ ਉਹ ਸਾਨੂੰ ਪਰਿਵਾਰ ਨੂੰ ਸੀਨੀਅਰ ਵਧੀਆ ਵਕੀਲ ਐਡਵੋਕੇਟ ਮਹਿਆ ਕਰਨ ਤਾਂ ਕਿ ਅਸੀਂ ਮਤਲਬ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫੈਸਲਾ ਲੈ ਸਕੀਏ ਇੱਕ ਮੈਂ ਹੋਰ ਇੱਥੇ ਚੀਜ਼ ਕਰਨਾ ਚਾਹੁੰਦੀ ਆ ਕਿ 24 ਸਾਲ ਬਾਅਦ ਵੀਰ ਜੀ ਨੂੰ 24 ਸਾਲ ਜੇਲ੍ਹ ਦੇ ਵਿੱਚ ਬੰਦ ਹੋ ਗਏ 13 ਸਾਲਾਂ ਤੋਂ ਵੀਰ ਜੀ ਫਾਂਸੀ ਚੱਕੀ ਦੇ ਵਿੱਚ ਬੰਦ ਨੇ ਜੇ 24 ਸਾਲ ਬਾਅਦ ਵੀ 13 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਮੇਰੇ ਭਰਾ ਨੂੰ ਆਪਣਾ ਫੈਸਲਾ ਲੈਣ ਲਈ ਤੀਸਰੀ ਵਾਰ ਭੁਖੜ ਹੜਤਾਲ ਰੱਖਣੀ ਪੈਂਦੀ ਆ ਜਨਵਰੀ ਤੋਂ ਜੇਕਰ ਇਹ ਫੈਸਲਾ ਨਹੀਂ ਆਉਂਦਾ ਇਹ ਗ੍ਰਹਿ ਮੰਤਰਾਲੇ ਨੂੰ ਜਾ ਕੇ ਨਹੀਂ ਮਿਲਦੇ ਕੋਈ ਕੋਸ਼ਿਸ਼ ਨਹੀਂ ਕਰਦੇ ਤਾਂ ਜਨਵਰੀ ਤੋਂ ਵੀਰ ਜੀ ਰਾਜਵਾਨਾ ਜੀ ਤੀਸਰੀ ਵਾਰ ਭੁਖੜ ਹੜਤਾਲ ਸ਼ੁਰੂ ਕਰ ਸਕਦੇ ਆ ਤੇ ਮੈਂ ਥੀ ਕੈਨਟੋਨੀਆ ਕਿ ਜੇਕਰ 13 ਸਾਲਾਂ ਤੋਂ ਫਸਸੀ ਚੱਕੀ ਵਿੱਚ ਬੈਠੇ ਮੇਰੇ ਭਰਾ ਨੂੰ ਔਰ 24 ਸਾਲਾਂ ਤੋਂ ਬੰਦ ਵੀਰਜੀ ਨੂੰ ਤੀਸਰੀ ਵਾਰ ਭੁਖੜਤਲ ਰੱਖਣੀ ਪੈਂਦੀ ਆ ਤੇ ਇਹ ਸਾਡੀ ਸੰਸਥਾਵਾ ਦੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੇ ਨਾਲ ਤੁਸੀਂ ਕਈ ਵਾਰੀ ਮੁਲਾਕਾਤ ਕੀਤੀ ਹੈ ਕਿ ਲੱਗਦਾ ਨਹੀਂ ਤੁਹਾਨੂੰ ਕਿ ਫੈਸਲਾ ਜਿਹੜਾ ਸ਼ਰਮਣੀ ਕਮੇਟੀ ਨੇ ਵੀ ਕਿਹਾ ਹੈ ਕਿ ਅਸੀਂ ਇਸ ਮੁੱਦੇ ਦੇ ਉੱਤੇ ਅਸੀਂ ਉਹਨਾਂ ਦੀ ਜਿਹੜੀ ਹੈ ਸਜ਼ਾ ਦੇ ਉੱਤੇ ਰੋਕ ਦੇ ਲਈ ਉਹਨਾਂ ਨੇ ਸਮਰਥਨ ਕੀਤਾ ਹੈ ਕਿ ਉਹਨਾਂ ਦੀ ਜਿਹੜੀ ਸਜ਼ਾ ਜਿਹੜੀ ਮਾਫੀ ਉਹ ਦਿੱਤੀ ਜਾਵੇ ਪਰ ਕੀ ਲੱਗਦਾ ਨਹੀਂ ਤੁਹਾਨੂੰ ਕਿ ਜਿਹੜੇ ਐਸਜੀਪੀਸੀ ਦਾ ਵੀ ਵਫਦ ਦੇ ਨਾਲ ਤੁਹਾਨੂੰ ਮੁਲਾਕਾਤ ਕਰਕੇ ਤੇ ਜਿਹੜੇ ਕੇਂਦਰ ਦੇ ਜਿਹੜੇ ਮੰਤਰੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਦੇਖੋ ਅਸੀਂ ਤਾਂ ਇੱਥੇ ਇਹ ਕਹਿਣਾ ਚਾਹਾਂਗੇ ਕਿ ਪਰਿਵਾਰ ਵੱਲੋਂ ਬਹੁਤ ਸਾਰੀਆਂ ਕਵਿਸ਼ਨ ਹੋਈਆਂ ਨੇ ਹੁਣ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਅਸੀਂ ਮਿਲਣ ਦਾ ਟਾਈਮ ਲਵਾਂਗੇ ਮਿਲਣ ਦਾ ਟਾਈਮ ਲਵਾਂਗੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਅਸੀਂ ਤਕਰੀਬਨ ਉੱਥੇ ਗ੍ਰਹਿ ਮੰਤਰਾਲੇ ਤੋਂ ਮੁਲਾਕਾਤ ਦਾ ਸਮਾਂ ਵੀ ਲਿਆ ਸੀਗਾ ਤੇ ਤਕਰੀਬਨ ਸਾਨੂੰ ਇੱਕ ਮਹੀਨੇ ਬਾਅਦ ਮੁਲਾਕਾਤ ਦਾ ਸਮਾਂ ਮਿਲ ਗਿਆ ਸੀਗਾ ਤੇ ਤਕਰੀਬਨ 24 ਅਕਤੂਬਰ ਨੂੰ ਸਾਨੂੰ ਉੱਥੇ ਮਿਲਣ ਦਾ ਸਮਾਂ ਦਿੱਤਾ ਗਿਆ ਸੀਗਾ ਤੇ 24 ਅਕਤੂਬਰ ਨੂੰ ਗ੍ਰਹਿ ਮੰਤਰਾਲੇ ਦੇ ਵਿੱਚ ਜਿਹੜੇ ਕਿ ਹੋਮ ਅਫੇਅਰ ਦੇ ਮਨਿਸਟਰ ਸੀਗੇ ਨਿਤਿਆਨੰਦ ਰਾਏ ਉਹਨਾਂ ਦੇ ਨਾਲ ਸਾਡ ਅਸੀਂ ਮਿਲੇ ਸੀਗੇ ਗ੍ਰਹਿ ਮੰਤਰਾਲੇ ਜਾ ਕੇ ਤੇ ਉੱਥੇ ਮਤਲਬ ਅਸੀਂ ਰਿਕੁਐਸਟ ਕੀਤੀ ਸੀ ਪਰ ਗੱਲ ਇਹ ਹੈ ਕਿ ਜਿਹੜੀ ਅਪੀਲ ਆ ਇਹ ਸ਼੍ਰੋਮਣੀ ਕਮੇਟੀ ਦੀ ਪੀਲਾ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕੇਂਦਰ ਦੇ ਵਿੱਚ ਭਾਈ ਵਾਲਾ ਉਹੀ ਫੈਸਲਾ ਕਰਵਾ ਸਕਦੇ ਨੇ ਇਸੇ ਕਰਕੇ ਅਸੀਂ ਤਾਂ ਪਰਿਵਾਰ ਬੇਨਤੀ ਕਰਦੇ ਆ ਕਿ ਜੇਕਰ ਉਹ ਉੱਥੋਂ ਫੈਸਲਾ ਨਹੀਂ ਕਰਵਾ ਸਕਦੇ ਤਾਂ ਸਾਨੂੰ ਸੀਨੀਅਰ ਐਡਵੋਕੇਟ ਦਿੱਤੇ ਜਾਣ ਜਿਹੜਾ ਕਿ ਅਸੀਂ ਸੁਪਰੀਮ ਕੋਰਟ ਚ ਜਾ ਕੇ ਫੈਸਲਾ ਲਈਏ ਕਿਦਾਂ ਸਮਝਦੇ ਹੋ ਕਿ ਅਕਾਲੀ ਦਲ ਵੀ ਤੁਹਾਡੀ ਸਪੋਰਟ ਦੇ ਵਿੱਚ ਆ ਤੁਸੀਂ ਭਾਜਪੀ ਨੂੰ ਸਮਰਥਨ ਦਿੱਤਾ ਸੀ ਪਰ ਉਸ ਦੇ ਬਾਵਜੂਦ ਜਿਹੜਾ ਫੈਸਲਾ ਉਲਟਾਇਆ ਨਹੀਂ ਅਸੀਂ ਇਹ ਕਹਿੰਦੇ ਆ ਸਾਡਾ ਕਹਿਣਾ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜੇਕਰ ਆਪਣੀ ਹੀ ਅਪੀਲ ਤੇ ਫੈਸਲਾ ਨਹੀਂ ਲੈ ਸਕੀ ਤਾਂ ਇਹ ਸਵਾਲ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਚਾਹੀਦਾ ਇਸ ਸਵਾਲ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਹੀ ਦੇ ਸਕਦੀ ਆ ਕਿ ਉਹ ਕਿਉਂ ਅੱਜ ਤੱਕ 8 ਸਾਲਾਂ ਬਾਅਦ ਵੀ ਆਪਣੀ ਅਪੀਲ ਤੇ ਫੈਸਲਾ ਨਹੀਂ ਲੈ ਸਕੀ ਤੇ ਕਿਉਂ ਤੀਸਰੀ ਵਾਰ ਵੀਰ ਜੀ ਰਜਵਾਨਾ ਜੀ ਨੂੰ ਭੁਖੜ ਹੜਤਾਲ ਕਰਨੀ ਪੈ ਰਹੀ ਆ ਤੁਹਾਡੇ ਕੋਲ ਹੁਣ ਜਿਹੜੀ ਨੋਟੀਫਿਕੇਸ਼ਨ ਆ ਉਸ ਦੇ ਵਿੱਚ ਕੀ ਤੁਹਾਨੂੰ ਕੀ ਲਿਖਿਆ ਆ ਸਾਡੇ ਕੋਲੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਨੋਟੀਫਿਕੇਸ਼ਨ ਅਸੀਂ ਵੀ ਮੀਡੀਆ ਤੋਂ ਹੀ ਲਈ ਸੀਗੀ ਗੱਲ ਇਹ ਆ ਕਿ ਅਸੀਂ ਤਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਤੇ ਇੰਨੀ ਵੱਡੀ ਗੱਲ ਸਿੱਖ ਕੌਮ ਦੇ ਜ਼ਖਮਾਂ ਤੇ ਮੱਲਮ ਲਾਉਣ ਵਾਲਾ ਇਹ ਫੈਸਲਾ ਸੀਗਾ ਕਿ ਵੀਰ ਜੀ ਰਾਜਾ ਹਰਨਾ ਜੀ ਦੀ ਜਿਹੜੀ ਫਾਂਸੀ ਆ ਉਮਰ ਕੈਦ ਦੇ ਵਿੱਚ ਕਨਵਰਟ ਕਰ ਦਿੱਤੀ ਗਈ ਆ ਕਿਉਂਕਿ ਮੈਂ ਇੱਥੇ ਗੱਲ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਿਨ੍ਹਾਂ ਨੇ ਹਰਚੰਦ ਸਿੰਘ ਲੋਂਗੋਵਾਲ ਨੂੰ ਗਿਆਨ ਸਿੰਘ ਲੀਲ ਨੇ ਮਾਰਿਆ ਸੀਗਾ ਤਾਂ 16 ਸਾਲ ਦੇ ਵਿੱਚ ਉਹ ਅੱਜ ਆਪਦੇ ਘਰੇ ਆ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ ਇੱਥੇ ਸਾਡੀ ਜਿਹੜੀ ਲੜਾਈ ਆ ਸੀ 24 ਸਾਲ ਬਾਅਦ ਵੀ ਫੈਸਲੇ ਦੇ ਲਈ ਲੜਾਈ ਕਰ ਰਹੇ ਹਾਂ ਸਾਡਾ ਸੰਘਰਸ਼ ਆ ਸੀ 24 ਸਾਲ ਬਾਅਦ ਵੀ ਫੈਸਲੇ ਦੇ ਲਈ ਸੰਘਰਸ਼ ਕਰ ਰਹੇ ਹਾਂ ਤੇ 24 ਸਾਲ ਬਾਅਦ ਵੀ ਮਤਲਬ ਵੀਰ ਜੀ ਨੂੰ ਤੀਸਰੀ ਵਾਰ ਫੈਸਲਾ ਲੈਣ ਲਈ ਭੁਖੜਤਾਲ ਰੱਖਣੀ ਪੈ ਰਹੀ ਹੈ 35 ਚੈਨਲ ਪੰਜਾਬੀ ਫੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿਕ ਕਰੋ